ਲਹਿਰਾਗਾਗਾ 'ਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਸੁਨਾਮ ਹਾਈਵੇ ਨੂੰ ਜਾਮ ਕਰ ਦਿੱਤਾ। ਕਿਸਾਨਾਂ ਨੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ 10 ਦਿਨਾਂ ਤੋਂ ਮੰਡੀਆਂ 'ਚ ਜਿਹੜਾ ਕਿਸਾਨ ਰੋਲ ਰਿਹਾ ਅਤੇ ਉਸ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦੱਸ ਦਈਏ ਕਿ 1 ਤਾਰੀਖ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਹੈ, ਪਰ ਹਾਲੇ ਤੱਕ ਖਰੀਦ ਹੈ ਜਿਹੜੀ ਮੰਡੀਆਂ ਦੇ ਵਿੱਚ ਕਿਸਾਨ ਦੇ ਰੋਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚੋਂ ਕਿਸਾਨ ਨੇ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸੇ ਕੜੀ ਤਹਿਤ ਲਹਿਰਾਗਾਗਾ ਦੇ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲਹਿਰਾ ਸੁਨਾਮ ਮੇਨ ਰੋਡ ਉਹ ਇਸ ਲਈ ਜਾਮ ਕਰਨੀ ਪੈ ਗਈ ਹੈ ਕਿਉਂਕਿ ਲਹਿਰੇ ਅਤੇ ਮੋਣਕ ਦੀਆਂ ਸਾਰੀਆਂ ਅਨਾਜ ਮੰਡੀਆਂ ਦੇ ਵਿੱਚ ਕਣਕਾਂ ਨਾਲ ਨੱਕੋ ਨੱਕ ਭਰੀਆਂ ਪਈਆਂ ਨੇ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਅਸੀਂ 1 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਕਰਤੀ ਹੈ, ਪਰ ਬਹੁਤ ਸਾਰੇ ਸੈਂਟਰਾਂ ਦੇ ਵਿੱਚ ਅਜੇ ਤੱਕ ਨਾ ਕੋਈ ਅਧਿਕਾਰੀ ਗਿਆ, ਨਾ ਕੋਈ ਇੰਸਪੈਕਟਰ ਗਿਆ, ਨਾ ਉਹਨੂੰ ਕੋਈ ਗਿੱਲੀ ਦੇਖਣ ਗਿਆ, ਨਾ ਸੁੱਕੀ ਦੇਖਣ ਗਿਆ। ਵਾਰ ਵਾਰ ਬੇਨਤੀ ਉਰੇ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਕਰਕੇ ਜ਼ੋਰ ਆ ਲਿਆ ਵੀ ਜੀ ਇੱਕ ਵਾਰ ਜਾ ਕੇ ਉੱਥੇ ਮਿਊਚਰ ਤਾਂ ਚੈੱਕ ਕੀਤਾ ਜਾਵੇ, ਕਣਕ ਬਿਲਕੁਲ ਸੁੱਕੀ ਹੈ, ਢੋਲਾਂ ਦੀ ਕੱਢੀ ਹੋਈ ਪੁਰਾਣੇ ਸਾਲ ਦੀ ਜਿਹੜੀ ਕਣਕ ਹੈ ਉਹ ਵੀ ਡੇਗ ਰੱਖੀ ਹੈ ਲੋਕਾਂ ਨੇ, ਕਿਉਂਕਿ ਅੱਜ ਕੱਲ੍ਹ ਵਾਧੂ ਕਣਕ ਅਸੀਂ ਵੇਚ ਦਿੰਦੇ ਹੁੰਦੇ ਹਾਂ, ਪਰ ਉੱਥੇ ਕੋਈ ਅਧਿਕਾਰੀ ਗਏ ਹੀ ਨਹੀਂ। ਜਦੋਂ ਕੱਲ੍ਹ SDM ਸਾਹਿਬ ਨੂੰ ਵੀ ਇਸ ਵਿਸ਼ੇ 'ਤੇ ਮਿਲੇ, SDM ਸਾਹਿਬ ਕਹਿੰਦੇ ਵੀ ਇਹ ਕਣਕ ਜਿਹੜੀ ਵਿੱਚ ਖਰੀਦਣੀ ਹੈ ਉਹ ਸਾਡੇ ਹੱਥ ਦੇ ਬਸ ਦੀ ਗੱਲ ਨਹੀਂ।